ਭਾਜੀ ਰਾਤੀ ਅਸੀਂ ਜੋ ਵੀ ਛਾਲੇ ਲੋਡ ਕਰਕੇ ਤੇ ਫੈਕਟਰੀ ਚ ਦੇਣ ਵਾਸਤੇ ਤਿਆਰ ਕੀਤੇ ਰੱਸੇ ਰੁੱਸੇ ਪਾ ਕੇ ਗਏ ਆ 8 ਵਜੇ। 8 ਵਜੇ ਤੋਂ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਸਵੇਰੇ 5 ਵਜੇ ਵੀ ਫੋਨ ਗਿਆ ਇੱਥੋਂ ਵੀ ਅਨਾਊਂਸਮੈਂਟ ਹੋਈ ਆ ਵੀ ਅੱਗ ਲੱਗੀ ਹੋਈ ਆ। ਅਸੀਂ ਆਣ ਕੇ ਦੇਖਿਆ ਤੇ 4 ਚਪੇਰਿਓਂ ਅੱਗ ਲਗਾਈ ਗਈ। ਪਤਾ ਨਹੀਂ ਹੁਣ ਕੀ ਉਹਨੇ ਸਾਡੇ ਨਾਲ ਵੈਰ ਕੱਢਣਾ ਹੋਵੇ ਜਿਹੜੇ ਬੰਦੇ ਨੇ ਲਗਾਈ ਆ। 4 ਚਪੇਰਿਓਂ ਅੱਗ ਪੈ ਗਈ ਆ, ਸਾਰਾ ਜਿੰਨਾ ਮਾਲ ਸੀਗਾ ਸੜ ਕੇ ਸਵਾਹ ਹੋ ਗਿਆ। 2 ਟਰਾਲੇ ਲੱਦੇ ਹੋਏ, 2 ਟਰਾਲੇ ਸਾਡੇ ਸੜ ਗਏ ਆ ਤੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਵੀ ਸਾਡੀ ਮਦਦ ਦਿੱਤੀ ਜਾਵੇ। ਕਿੰਨਾ ਕੁ ਨੁਕਸਾਨ ਹੋ ਗਿਆ ਭਾਜੀ? ਅਸੀਂ ਕੋਈ ਜੀ 50-60 ਲੱਖ ਦਾ ਨੁਕਸਾਨ ਦੇਣਦੇ ਆ ਜੀ ਅਸੀਂ। 50-60 ਲੱਖ ਕਿੰਨੇ ਕੁ ਖੇਤ ਦਾ ਪਰਾਲੀ ਸੀ? 700 ਖੇਤ ਦੇ ਲਾਗੇ ਬੰਨੇ ਪਰਾਲੀ ਸੀ, 600-700 ਖੇਤ ਦੇ ਲਾਗੇ ਬੰਨੇ ਪਰਾਲੀ ਇਕੱਠੀ ਕੀਤੀ ਹੋਈ ਸੀਗੀ ਸਾਰੀ ਇੱਥੇ ਇਕੱਠੀ ਕਰੀ ਗਏ। ਅਸੀਂ ਕਿਹਾ ਵੀ ਚਲੋ ਸੀਜ਼ਨ ਤੋਂ ਬਾਅਦ ਦੇ ਵਿੱਚ ਗੱਡੀ ਚੱਲਾਂਗੇ ਹੌਲੀ ਹੌਲੀ ਤੇ ਸਾਰੀ ਪਰਾਲੀ ਜਿਹੜੀ ਸੀਗੀ ਉਹ ਇੱਥੇ ਇਕੱਠੀ ਕੀਤੀ ਸੀਗੀ। ਪ੍ਰਸ਼ਾਸਨ ਤੋਂ ਕੀ ਹੁਣ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਜੀ ਗ੍ਰਸਤਾਂ ਦੇ ਉੱਤੇ ਕੀਤਾ ਜਾਵੇ, ਸਾਰਾ ਕਰਜ਼ਾ ਚੱਕ ਕੇ ਮਸ਼ੀਨਰੀ ਲਈ ਜੋ ਵੀ ਕੀਤਾ ਕਰਜ਼ਾ ਚੱਕ ਕੇ ਸਾਰਾ ਕੁਛ ਲਿਆ ਹੋਇਆ ਸੀਗਾ ਜੀ। ਤੇ ਸਰਕਾਰਾਂ ਕਰਜ਼ਾ ਦਿੰਦੀਆਂ ਕੰਮ ਚਲਾਉਣ ਨੂੰ ਪਰ ਲੋਕੀ ਚਲਾਉਣ ਨਹੀਂ ਦਿੰਦੇ। ਜਦੋਂ ਏਦਾਂ ਦਾ ਵਾਕਾ ਵਰਤ ਜਾਂਦਾ ਕੀ ਕਰੀਏ? ਉੱਥੇ ਸਾਰਾ ਕੁਛ ਮਿੱਟੀ ਹੋ ਗਿਆ ਜੀ, ਸਾਰਾ ਕੁਛ ਮਿੱਟੀ ਹੋ ਗਿਆ। ਸੁਣਾ ਕੀ ਆ ਤੁਹਾਡੇ ਸਾਹਮਣੇ ਆ ਕਿੱਦਾਂ? ਭਾਜੀ ਰਾਤੀ ਅਸੀਂ ਜੋ ਵੀ ਟਰਾਲੇ ਲੋਡ ਕਰਕੇ ਤੇ ਫੈਕਟਰੀ ਚ ਦੇਣ ਵਾਸਤੇ ਤਿਆਰ ਕੀਤੇ ਰੱਸੇ ਰੁੱਸੇ ਪਾ ਕੇ ਗਏ ਆ 8 ਵਜੇ। 8 ਵਜੇ ਤੋਂ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਸਵੇਰੇ 5 ਵਜੇ ਵੀ ਫੋਨ ਗਿਆ ਇੱਥੋਂ ਵੀ ਅਨਾਊਂਸਮੈਂਟ ਹੋਈ ਆ ਵੀ ਅੱਗ ਲੱਗੀ ਹੋਈ ਆ। ਅਸੀਂ ਆਣ ਕੇ ਦੇਖਿਆ ਤੇ 4 ਚਪੇਰਿਓਂ ਅੱਗ ਲਗਾਈ ਗਈ। ਪਤਾ ਨਹੀਂ ਹੁਣ ਕੀ ਉਹਨੇ ਸਾਡੇ ਨਾਲ ਵੈਰ ਕੱਢਣਾ ਹੋਵੇ ਜਿਹੜੇ ਬੰਦੇ ਨੇ ਲਗਾਈ ਆ। 4 ਚਪੇਰਿਓਂ ਅੱਗ ਪੈ ਗਈ ਆ, ਸਾਰਾ ਜਿੰਨਾ ਮਾਲ ਸੀਗਾ ਸੜ ਕੇ ਸਵਾਹ ਹੋ ਗਿਆ। 2 ਟਰਾਲੇ ਲੱਦੇ ਹੋਏ, 2 ਟਰਾਲੇ ਸਾਡੇ ਸੜ ਗਏ ਆ ਤੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਵੀ ਸਾਡੀ ਮਦਦ ਦਿੱਤੀ ਜਾਵੇ। ਕਿੰਨਾ ਕੁ ਨੁਕਸਾਨ ਹੋ ਗਿਆ ਭਾਜੀ? ਅਸੀਂ ਕੋਈ ਜੀ 50-60 ਲੱਖ ਦਾ ਨੁਕਸਾਨ ਦੇਣਦੇ ਆ ਜੀ ਅਸੀਂ। 50-60 ਲੱਖ ਕਿੰਨੇ ਕੁ ਖੇਤ ਦਾ ਪਰਾਲੀ ਸੀ? 700 ਖੇਤ ਦੇ ਲਾਗੇ ਬੰਨੇ ਪਰਾਲੀ ਸੀ, 600-700 ਖੇਤ ਦੇ ਲਾਗੇ ਬੰਨੇ ਪਰਾਲੀ ਇਕੱਠੀ ਕੀਤੀ ਹੋਈ ਸੀਗੀ ਸਾਰੀ ਇੱਥੇ ਇਕੱਠੀ ਕਰੀ ਗਏ। ਅਸੀਂ ਕਿਹਾ ਵੀ ਚਲੋ ਸੀਜ਼ਨ ਤੋਂ ਬਾਅਦ ਦੇ ਵਿੱਚ ਗੱਡੀ ਚੱਲਾਂਗੇ ਹੌਲੀ ਹੌਲੀ ਤੇ ਸਾਰੀ ਪਰਾਲੀ ਜਿਹੜੀ ਸੀਗੀ ਉਹ ਇੱਥੇ ਇਕੱਠੀ ਕੀਤੀ ਸੀਗੀ। ਪ੍ਰਸ਼ਾਸਨ ਤੋਂ ਕੀ ਹੁਣ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਜੀ ਗ੍ਰਸਤਾਂ ਦੇ ਉੱਤੇ ਜੋ ਬਣਦਾ ਇਨਸਾਫ ਕੀਤਾ ਜਾਵੇ, ਸਾਰਾ ਕਰਜ਼ਾ ਚੱਕ ਕੇ ਮਸ਼ੀਨਰੀ ਲਈ ਜੋ ਵੀ ਕੀਤਾ ਕਰਜ਼ਾ ਚੱਕ ਕੇ ਸਾਰਾ ਕੁਛ ਲਿਆ ਹੋਇਆ ਸੀਗਾ ਜੀ। ਤੇ ਸਰਕਾਰਾਂ ਕਰਜ਼ਾ ਦਿੰਦੀਆਂ ਕੰਮ ਚਲਾਉਣ ਨੂੰ ਪਰ ਲੋਕੀ ਚਲਾਉਣ ਨਹੀਂ ਦਿੰਦੇ। ਜਦੋਂ ਏਦਾਂ ਦਾ ਵਾਕਾ ਵਰਤ ਜਾਂਦਾ ਕੀ ਕਰੀਏ? ਉੱਥੇ ਸਾਰਾ ਕੁਛ ਮਿੱਟੀ ਹੋ ਗਿਆ ਜੀ, ਸਾਰਾ ਕੁਛ ਮਿੱਟੀ ਹੋ ਗਿਆ। ਸੁਣਾ ਕੀ ਆ ਤੁਹਾਡੇ ਸਾਹਮਣੇ ਆ ਕਿੱਦਾਂ?